सुजानपुर के गांव के कैलाशपुर में पंचायत की गली बनाने के लिए लाई गई टाइल को गुर्जर समुदाय के लोगों द्वारा चोरी किए जाने को लेकर विवाद हो गया है इस संबंधी जानकारी देते हुए गांव के कैलाशपुर की सरपंच सोनिया के पति महेंद्र सिंह गांववासी सुभाष सिंह तथा अजीत सिंह ने बताया कि गत रात्रि कुछ गुर्जर समुदाय के लोग टाइलों को चुरा ले गए थे जिन्हें रोका गया तो उन्होंने मारपीट शुरू कर दी वही संबंध में सुजानपुर थाने में शिकायत देकर इंसाफ की गुहार लगाई है ਮੈਂ ਮਿਹਰ ਦੱਸ ਸਕ ਪਿੰਡ ਕਲਾਸਪੁਰ ਮੇਰੀ ਮੀਸੀਸ 소ਨੀਆ ਸਰਪੰਚ ਕਲਾਸਪੁਰ ਤੋਂ ਹਾਂ ਜੀ ਸਰ ਕੀ ਗੱਲ ਬਾਤ ਹੋਈ ਹੈ ਗੱਲ ਬਾਤ ਹੋਈ ਹੈ ਕਿ ਮੈਂ ਇੱਥੇ ਗਲੀ ਵਾਸਤੇ ਟੈਲ ਮੰਗਾਈ ਹੋਈ ਸੀ ਤੇ ਕੁਸਤੇਣਾ ਨੇ ਪਹਿਲੇ ਵਿੜੇਜ ਲਗਾਈ ਹੋਈ ਹੈ ਦੂਸਰੀ ਵਾਰੀ ਫਿਰ ਚੱਕਣ ਲੱਗਿਆ ਤੇ ਮੈਨੂੰ ਇੱਥੇ ਅਜੇ ਮੁੰਡੇ ਨਾਲ ਫੋਨ ਕੀਤਾ ਤੇ ਮੈਂ ਮੌਕੇ ਤੇ ਆ ਗਿਆ ਤੇ ਮੈਂ ਆਟੋ ਟੂ ਇੱਥੇ ਲਗਾ ਕੇ ਦੇਖਿਆ ਤੇ ਮੈਨੂੰ ਮੁੰਡੇ ਨੂੰ ਫੜ ਲਿਆ ਜੀ ਕੋਲ ਬੰਦੇ ਚੱਕ ਰਹੇ ਇਹ ਗੁੱਜਰ ਜਾਤੀ ਦੇ ਮੁੰਡੇ ਆ ਗਿਆ ਜੀ ਇਹਦੇ ਖਾਤੇ ਤੇ ਕੋਈ ਪੁਲਿਸ ਕੰਪਲੇਂਟ ਕੀਤੀ ਹੈ ਪੁਲਿਸ ਕੰਪਲੇਂਟ ਕੀਤੀ ਹੋਈ ਆ ਮੁੰਡਾ ਆਂਦਰੀ ਆ ਜੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਨੂੰ ਪੁਲਿਸ ਤੋਂ ਉਹਦੇ ਮੰਗ ਕਰਦੇ ਆ ਜੀ ਜੋ ਇਹਦਾ ਹਰਜਾਨਾ ਹਰਜੂਨਾ ਹੋਇਆ ਉਹ ਭਰੇਗਾ ਜੋ ਵੀ ਦੀ ਗਲਤੀ ਹੈ ਮਨੇ ਚੋਰੀ ਕੀਤੀ ਹੈ ਆਗੋ ਦੇ ਆਕਰ ਦਾ ਸੀਗਾ ਤੇ ਹੱਥੋਫਾਈ ਹੋਈ ਇਹਨਾਂ ਦੀ ਤੇ ਆਪਣੀ ਗਲਤੀ ਵੀ ਨਹੀਂ ਮੰਨਦਾ ਅਸੀਂ ਕਹਿੰਦੇ ਕੋਈ ਜੋ ਕਾਨੂੰਨੀ ਕਾਰਵਾਈ ਹੋਈ ਤੇ ਹੋਏ ਸਰ ਮੇਰਾ ਘਰ ਇਹ ਸਾਹਮਣੇ ਰਾਤੀ ਕੋਈ ਸਵਾੜ ਦਾ ਟਾਈਮ ਹੀ ਟਕ ਟਕ ਦੀ ਆਵਾਜ਼ ਆਏ ਕਰਦੀ ਸੀ ਤੇ ਮੈਂ ਦੇਖਿਆ ਅੱਗੇ ਤੇ ਇੱਟਾਂ ਲੋਡ ਕਰ ਰਹੀ ਗੁਜਰ ਅੱਛਾ ਤੇ ਮੈਂ ਇਹਨਾਂ ਨੂੰ ਬੋਲਿਆ ਮੈਂ ਤੁਸੀਂ ਕਿਹਦੇ ਕੋਲ ਪਰਮਿਸ਼ਨ ਤੋਂ ਚੱਕ ਰਹੇ ਹੋ ਕਹਿੰਦਾ ਤੂੰ ਕੌਣ ਹੋ ਨਾ ਪੁੱਛਣ ਵਾਲਾ ਫਿਰ ਮੈਂ ਉਹ ਸਰਪੰਚ ਨੂੰ ਫੋਨ ਕੀਤਾਗਾ ਤੇ ਇਹਦਾ ਸਾਡੀ ਇੱਥੇ ਚੋਰੀ ਆ ਤੁਸੀਂ ਇੱਥੇ ਆਓ ਇੱਥੇ ਆਇਆ ਅੱਗੇ ਮੈਨੂੰ ਬਤਮੀ ਜੀ ਨਾਲ ਬੋਲ ਰਿਹਾ ਅੱਗੇ ਪੂਰਾ ਟੱਬਰ ਮੇਰੇ ਨਾਲ ਲੜਨ ਪੈ ਗਿਆ ਮੈਂ ਤੇ ਇਕੱਲਾ ਹੀ ਅੱਛਾ ਤੇ ਉਹਦੇ ਬਾਅਦ ਇਹ ਮੇਰੇ ਲੱਗੇ ਗਵੰਡੀ ਹੀ ਉਹ ਆਏ ਤੇ ਹੱਥ ਵਾਈ ਹੋਈ ਥੋੜੀ ਪੁਲਿਸ ਕੰਪਲੇਟ ਕੀਤੀ ਹਾਂਜੀ ਮੈਂ ਪੁਲਿਸ ਕੰਪਲੇਟ ਕੀਤੀ ਉਹ ਤੁਸੀਂ ਪੁਲਿਸ ਨੂੰ ਕੀ ਮੰਗ ਕਰਦੇ ਹੋ ਪੁਲਿਸ ਮੰਗ ਕੀਤੀ ਕਿਤੀ ਹੈ ਜੀ ਮੇਰੀ ਲੜਾਈ ਦੀ ਬੱਕਰੀ ਗੱਲ ਆ ਇਹ ਚੋਰੀ ਵਾਲਾ ਕੱਲ ਨੂੰ ਇੱਥੋਂ ਚੋਰੀ ਕਰ ਸਕਦੇ ਆ ਮੇਰੇ ਘਰ ਵੀ ਚੋਰੀ ਕਰ ਸਕਦੇ ਆ ਇਥੇ ਸਾਰਾ ਕੁਝ ਅਸੀਂ ਬਾਹਰ ਰਹਨੇ ਆ ਕੱਲਾ ਘਰ ਆ ਹੋਰ ਵੀ ਬੰਦੇ ਰਹਿੰਦੀ ਇਥੇ ਹੋਰ ਵੀ ਰਹਿੰਦੇ ਆ ਇਹ ਉਲਟਾ ਨੁਕਸਾਨ ਹੀ ਆ ਜੀ ਇਹ ਬਾਰੋ ਵੀ ਕੀ ਪਤਾ ਕੌਣ ਆ ਰਿਹਾ ਕੌਣ ਨਹੀਂ ਅਸੀਂ ਪੁੱਛ ਨਹੀਂ ਸਕਦੇ ਤੇ ਹੋਰ ਤੁਸੀਂ ਪੁਲਿਸ ਅਫਸਰ ਨੂੰ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਕਿ ਇਥੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੀ ਨਾ ਜੀ ਆਪਣਾ ਮੇਰਾ ਨਾਮ ਸੁਭਾਸ਼ ਰੋਟੀ ਆ ਗੱਲਬਾਤ ਹੋਈ ਹੈ ਕਿ ਮੇਰਾ ਲੜਕਾ ਇਥੇ ਰਹਿੰਦਾ ਮੈਂ ਥੋੜੀ ਦੇ ਲੇਟ ਆਇਆ ਅੱਗੇ ਵੀ ਇੱਕ ਦਿਨ ਮੈਂ ਰਾਤ ਨੂੰ ਦੇਖਿਆ ਉਹ ਕਾਰਨ ਦੇ ਉੱਪਰ ਇੱਟ ਚੁੱਕਦੇ ਇਹਨਾਂ ਨੂੰ ਲੇਕਿਨ ਮੈਨੂੰ ਸਰਪੰਚ ਨੇ ਇਹ ਪੰਚਾਇਤ ਦੀ ਇੱਟ ਹੈ ਸਰਕਾਰੀ ਇੱਟ ਹੈ ਤੇ ਸਰਪੰਚ ਨੇ ਮੈਨੂੰ ਕਿਹਾ ਹੀ ਵੀ ਇੱਥੇ ਇੱਟ ਮੇਰੀ ਚੁਕੋ ਰਹੀ ਹੈ ਤੇ ਲੜਕਿਆਂ ਦੇ ਨਾਲ ਝੋਣਾ ਤੇ ਠਕ ਠਕ ਦੀ ਆਵਾਜ਼ ਆਈ ਜਿੱਲੇ ਪਰੇ ਤੇ ਉਸ ਵੇਲੇ ਬੇਰਾ ਲੜਕਾ ਉਧਰੋਂ ਆ ਕੇ ਇੱਥੇ ਆਣ ਕੇ ਤੇ ਇਹ ਗੁਜਰ ਜਿਹੜੇ ਜਨ ਲੋਕ ਇਹ ਇਹ ਇੱਟ ਲੱਦੇ ਕਰਦੇ ਸੀ ਤੇ ਇੱਟ ਲੱਦਣ ਦੇ ਬਾਅਦ ਇੰਨੇ ਮੈਂ ਰੋਲਾ ਪਾਇਆ ਤੇ ਲੋਕੀ ਇੱਥੇ ਹੋਰ ਵੀ ਇਕੱਠੇ ਹੋਏ ਨਾ ਮhalla ਸਾਰਾ ਇਕੱਠਾ ਹੋਇਆ ਇਹ ਅੰਦਰੋਂ ਡਾਂਗਾ ਡੂੰਗਾ ਲੈ ਕੇ ਜੋ ਵੀ ਆ ਸਾਰੇ ਇੱਥੇ ਆ ਗਏ ਨਾ ਹੈ ਮੌਕੇ ਦੇ ਉੱਪਰ ਇਹ بڑا ਵੱਡਾ ਹਾਸਾ ਹੋਣਾ ਹੀ ਜਿਹੜਾ ਟਲ ਗਿਆ ਜਿਹੜਾ ਕੋਈ ਇਹਦਾ ਹੋਇਆ ਨਹੀਂ ਮੇਰੇ ਲੜਕੇ ਦਾ ਨੁਕਸਾਨ ਹੋਇਆ ਮੇਰੇ ਲੜਕੇ ਦੀਆਂ ਕੱਪੜੇ ਕੁੱਪੜੇ ਪਾੜਤੇ ਮੈਨੂੰ ਤੇ ਇਸ 8:30 ਵਜੇ ਦੀ ਮੈਨੂੰ ਬਾਅਦ ਫੋਨ ਗਿਆ ਫੇਰੇ ਥਾਣੇ ਚਲੇਗੇ ਨਾ ਥਾਣੇ ਜਾ ਕੇ ਇਹਨਾਂ ਦਰਖਾਸਤ ਦੇਤੀ ਹੈ ਹੁਣ ਕੀ ਮੰਗ ਕਰਦੇ ਤੁਸੀਂ ਮੰਗ ਇਹ ਕਰਨੀ ਹੈ ਇਹ ਇਨਸਾਫ ਹੋਣਾ ਚਾਹੀਦਾ ਹੈ ਚੋਰ ਦੀ ਸਜ਼ਾ ਚੋਰ ਨੂੰ ਮਿਲਣੀ ਚਾਹੀਦੀ ਹੈ ਇਸ ਦੀ ਜਿਹੜਾ ਹੈ ਇਹ ਸਰਕਾਰ ਦੇਖੇਗੀ ਕਿਉਂਕਿ ਅਸੀਂ ਆਪਣੇ ਇੱਥੇ ਰਹਿੰਦੇ ਹਾਂ ਜ਼ਮੀਨ ਹੈ ਸਾਡੇ ਇਲਾਕੇ 'ਚ ਕਦੀ ਇਹ ਕੰਮ ਨਹੀਂ ਹੋਇਆ ਅਸੀਂ ਪਹਿਲੀ ਵਾਰ ਦੇਖਿਆ ਜਿਹੜਾ ਵੀ ਇਹ ਇੱਟ ਜਿਹੜੀ ਹੈ ਇੱਕ ਸਰਕਾਰ ਲੋਨ ਏਰੀਆ ਸਾਡੇ ਪਬਲਿਕ ਵਾਸਤੇ ਔਰ ਜਿਹੜਾ ਇਹੋ ਹੀ ਜਿਹੜਾ ਨਾ ਲੋਕ ਇਹ ਚੋਰੀ ਕਰਕੇ ਆਪਣੇ ਘਰਾਂ ਦੇ ਵਿੱਚ ਲਾ ਰਹੇ ਲੈ ਜਾਂਦੇ ਨੇ ਰਾਤ-ਰਾਤ ਤੇ ਇਹਦੇ ਉੱਪਰ ਕੰਟਰੋਲ ਹੋਣਾ ਚਾਹੀਦਾ ਇਹਨਾਂ ਨੂੰ ਜਿੰਨੀ ਜਿੰਨੀ ਸਫਲਤਾ ਸਫਲਤਾ ਜਾ ਦੇਣੀ ਚਾਹੀਦੀ